ਮੈਂ ਅਤੇ ਮੇਰੇ ਬਹੁਤ ਸੀਨੀਅਰ ਸਾਥੀ ਗੁਰਚੰਦ ਸਿੰਘ ਚੰਨੀ ਅਤੇ ਹੋਰ ਸਾਰਿਆਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਕਿਉਂਕਿ ਆਪਾਂ ਵੇਖ ਰਹੇ ਹਾਂ ਕਿ ਜਦੋਂ ਤੋਂ ਆਮ ਪਾਰਟੀ ਦੀ ਸਰਕਾਰ ਬਣੀ ਆ, ਆਮ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ, ਚਾਹੇ ਉਹ ਮੁਫਤ ਬਿਜਲੀ ਹੋਏ 80% ਤੋਂ ਵੱਧ ਲੋਕਾਂ ਨੂੰ ਮਿਲਦੀ ਹੈ, ਚਾਹੇ ਉਹ ਮੁਹੱਲਾ ਕਲੀਨਿਕਾਂ ਵਿੱਚ ਆਮ ਲੋਕਾਂ ਨੂੰ ਦਵਾਈਆਂ ਮਿਲਦੀਆਂ ਹੋਣ, ਟ੍ਰੀਟਮੈਂਟ ਮਿਲਦਾ ਹੋਏ, ਅਤੇ ਚਾਹੇ ਉਹ ਹੋਰ ਜਿਹੜੀਆਂ ਲੋਕ ਹਿੱਤ ਸਕੀਮਾਂ ਆ, ਸਕੂਲ ਚੰਗੇ ਬਣ ਰਹੇ ਆ ਅਤੇ ਲੋਕਾਂ ਦੀ ਸੁਣਵਾਈ ਹੁੰਦੀ ਹੈ, ਉਹ ਇਸੇ ਲਈ ਅਸੀਂ ਲੋਕ ਸਾਰੇ ਸਿਆਸਤ ਵਿੱਚ ਜਾ ਕੇ ਕੰਮ ਕਰਦੇ ਹਾਂ। ਅਤੇ ਫਿਰ ਜਦੋਂ ਇੱਕ ਪਾਰਟੀ ਕੰਮ ਕਰ ਰਹੀ ਹੈ, ਸਰਕਾਰ ਕੰਮ ਕਰ ਰਹੀ ਹੈ, ਤਾਂ ਫਿਰ ਲੜਾਈ ਕਾਹਦੀ ਹੈ, ਫਿਰ ਸਾਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ। ਦੂਸਰਾ, ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣ ਰਿਹਾ ਕਿ ਦੇਸ਼ ਦੇ ਕੌਂਸਟੀਟਿਊਸ਼ਨ ਨੂੰ ਇਸ ਵੇਲੇ ਸਾਈਡ 'ਤੇ ਕਰਨ ਲਈ, ਸਾਈਡ ਲਾਈਨ ਕਰਨ ਲਈ, ਉਹਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ। ਹੁਣ ਸਾਨੂੰ ਸਭ ਨੂੰ ਹੀ ਦੇਸ਼ ਵਿੱਚ ਆਪਣੀ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਏਗੀ ਕਿ ਕੌਣ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿੱਚ ਹੈ ਅਤੇ ਕੌਣ ਉਹਦੇ ਵਿਰੁੱਧ ਵਿੱਚ ਹੈ। ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ 'ਤੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ, ਗਰੀਬਾਂ ਦੇ ਹਿੱਤ ਵਿੱਚ ਹੈ। ਅਤੇ ਕਈਆਂ ਪਾਰਟੀਆਂ ਨੇ ਹਾਲੇ, ਕਈਆਂ ਪਾਰਟੀਆਂ ਨੂੰ ਕਲੈਰਿਟੀ ਹੈ ਨਹੀਂ ਵੀ ਉਹ ਕਿੱਥੇ ਸਟੈਂਡ ਕਰਦੇ। ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਲਾਕਾਤ ਕਰਕੇ ਉਹਨਾਂ ਦੀ ਅਗਵਾਈ 'ਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿਉਂਕਿ ਬੜੇ ਐਨਰਜੈਟਿਕ ਪੰਜਾਬ ਦੇ ਲੀਡਰ ਆ, ਉਹਨਾਂ ਦਾ ਬਹੁਤ ਵਿਜ਼ਨ ਆ ਅਤੇ ਸਿੰਪਲ ਆ, ਆਮ ਆ। ਇੱਕ ਆਮ ਸੜਕ 'ਤੇ ਜਾਂਦਾ CM ਸਾਹਿਬ ਦਾ ਕਾਫਲਾ, ਉਹਨੂੰ ਇੱਕ ਔਰਤ ਨਰੇਗਾ ਦੀ ਦਾਤੀ ਖੜ੍ਹੀ ਕਰਕੇ ਰੋਕ ਸਕਦੀ ਆ। ਐਸਾ ਕਦੀ ਮੁੱਖ ਮੰਤਰੀ ਪੰਜਾਬ 'ਚ ਹੋਇਆ ਸੀ? ਨਹੀਂ। ਆਮ ਬੰਦਾ ਉਹਨਾਂ ਨੂੰ ਰੋਕ ਸਕਦਾ? ਬਹੁਤ ਸਾਰੇ ਉਹਨਾਂ ਦੇ ਕੰਮ ਆ ਜਿਹੜੇ ਦੱਸੇ ਜਾ ਸਕਦੇ ਆ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮਾਣਯੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ, ਮਾਣਯੋਗ ਸੰਦੀਪ ਪਾਠਕ ਜੀ ਦਾ, ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ। ਜਲੰਧਰ ਤੋਂ ਚੋਣ ਲੜ ਰਹੇ ਹੋ ਜੀ, ਕੋਈ ਗੱਲਬਾਤ ਹੋਈ ਆ ਇਲੈਕਸ਼ਨ ਦਾ? ਮੈਂ ਬਿਨਾਂ ਕਿਸੇ ਕੰਡੀਸ਼ਨ ਤੋਂ ਸ਼ਾਮਿਲ ਹੋਇਆ। ਮੈਂ ਉਹਨਾਂ ਨੂੰ ਪਹਿਲਾਂ ਜਾਂਦੇ ਹੀ ਇਹ ਗੱਲ ਕਹੀ ਹੈ ਕਿ ਸਾਡੀ ਕੋਈ ਕੰਡੀਸ਼ਨ ਨਹੀਂ, ਕੋਈ ਸ਼ਰਤ ਨਹੀਂ। ਤੁਸੀਂ ਵੀ ਸੇਵਾ ਕਰਦੇ ਹੋ, ਅਸੀਂ ਵੀ ਸੇਵਾ ਕਰਨੀ ਹੈ। ਜਿੰਨਾ ਹੋ ਸਕਦਾ ਸਾਡਾ ਸਹਿਯੋਗ ਲਓ, ਅਸੀਂ ਸਹਿਯੋਗ ਕਰਾਂਗੇ।